पता कितना लगता है 4x4 ते है या 4x2 ते है। ठीक में कंपनी ने बूफर दिता नहीं देखा पर एक गड्डी विच बूफर कंपनी ने दिता। और एक और किवें है जी आ लो जी बल्ले। अच्छा अच्छी देख रहे हो लो भी गड्डी तुहानू दिखाउनी है लिमिटेड एडिशन दी। भाई केड़ी गड्डी है यार ए मैं देखी नहीं कभी रोड ते। ये भाजी मितेश बुशी वाला दी आउटलैंडर है जी पेट्रोल आउटलैंडर। हाँ जी आउटलैंडर जिन्हों आप कह सकते हैं मिनी रेंज रोवर। हाँ जी टॉप ऑफ दी रेंज है जिहदे विच सीटां वी इहदियां वेंटीलेटर ने जिहड़ियां सर्दियां च गर्म ते गर्मियां च ठंडियां हो जांदियां। सीटां वेंटीलेटेड आ। हां जी इलेक्ट्रॉनिक ने वेंटीलेटेड ने ਆਹ ਤਾਂ ਸਰਦਾ ਆਪੇ ਹੀ ਹੁੰਦਾ ਮਤਲਬ ਬਿਲਕੁਲ ਜੀ ਬਿਲਕੁਲ। ਆਹ ਤੁਹਾਨੂੰ ਹੋਰ ਵੀ ਇਹਦੇ ਫੀਚਰਾਂ ਬਾਰੇ ਜਾਣੂ ਕਰਾਉਨੇ ਆ। ਆਹ ਦੇਖੋ ਜਿਹੜੀ ਚੀਜ਼ ਤੁਸੀਂ ਦੇਖੀ ਨਹੀਂ ਜਿਹਨੂੰ ਮੈਂ ਕਹਿ ਰਿਹਾ ਨਾ ਰੇਂਜ ਰੋਵਰ ਆਊਟਲੈਂਡਰ ਕਿਵੇਂ ਆ ਜੀ ਆਹ ਲਓ ਜੀ ਬੱਲੇ। ਅੱਛਾ ਆ ਚੀਜ਼ ਦੇਖ ਰਹੇ ਹੋ ਜੀ ਆਹ ਚੀਜ਼ ਖੁੱਲ ਜਾਂਦੀ ਆ ਬਈ ਇਹਦੀ ਆਹ ਇਹਦੀ ਟ੍ਰੇ ਆ ਜੀ ਇਹਦੀ ਇਹ ਅੱਜ ਤੱਕ ਸ਼ੁਰੂ ਤੋਂ ਸਿੰਗਲ ਓਨਰ ਕਾਰ ਹੈ ਜੀ ਇਹ ਔਰ ਬਿਲਕੁਲ ਇੱਕੋ ਪਰਸਨ ਨੇ ਰੱਖੀ ਹੈ ਜਿਹਨੂੰ ਜਿਹਨੇ ਬਹੁਤ ਜ਼ਿਆਦਾ ਸਾਂਭ ਕੇ ਗੱਡੀ ਰੱਖੀ ਹੈ। ਨਹੀਂ ਮੈਂ ਯਾਦ ਬਹੁਤ ਵਧੀਆ ਚੀਜ਼ ਆ ਭਾਰ ਵਗੈਰਾ ਦਾ ਇਵਨ ਕਿ ਕੰਪਨੀ ਵੱਲੋਂ ਤੁਹਾਨੂੰ ਪਹਿਲੀ ਵਾਰੀ ਕਾਰ 'ਚ ਬੂਫਰ ਨਜ਼ਰ ਆਏਗਾ ਜੀ। ਅੱਛਾ ਹੋ ਸੱਚ ਬੂਫਰ ਭਾਈ ਅੱਜ ਤੱਕ ਕਦੀ ਮੈਂ ਕੰਪਨੀ ਨੇ ਬੂਫਰ ਦਿੱਤਾ ਨਹੀਂ ਦੇਖਿਆ ਪਰ ਇਹ ਗੱਡੀ ਵਿੱਚ ਬੂਫਰ ਕੰਪਨੀ ਨੇ ਦਿੱਤਾ। ਇੱਕ ਹੋਰ ਚੀਜ਼ ਦੇਖੋ ਜੀ ਇਹਦੇ 'ਚ ਆ ਤੁਸੀਂ ਵੀ ਲਗਾਓ ਜੀ ਇਧਰੋਂ ਹੱਥ ਯਾ ਦੇਖੋ ਇਹਦੀਆਂ ਅਗਲੀਆਂ ਸੀਟਾਂ ਕਿੱਧਰ ਹੁੰਦੀਆਂ ਜੀ ਅਗਲੀਆਂ ਸੀਟਾਂ ਸਿੱਟਣ ਲਈ ਆਹ ਚੱਕੋ ਲਓ ਜੀ ਆਹ ਸੋਚਣ ਪਏ ਭਾਈ ਉਹਨਾਂ ਨੇ ਹਣਾ ਲਓ ਜੀ ਪਿੱਛੇ ਫੋਨ ਚਾਰਜ ਕਰਨ ਲਈ ਵੀ ਦਿੱਤਾ ਹੋਇਆ ਵਾ। ਹਾਂਜੀ ਤੇ ਪੇਂਟ ਵਗੈਰਾ ਓਰੀਜਨਲ ਹੈ ਭਈ ਇਹਦਾ ਕਿਤੋਂ ਪੇਂਟ ਸਾਡੀ ਵਾਪਸੀ ਹੈ ਜੀ ਕੋਈ ਮੀਟਰ ਪਿੱਛੇ ਹੋਵੇ ਸਾਡੀ ਵਾਪਸੀ ਹੈ ਜੀ। ਕਿੰਨੀ ਗੱਡੀ ਹੈ ਗੱਡੀ ਇਹ ਸਿੰਗਲ ਓਨਰ ਕਾਰ ਹੈ ਜੀ ਆਈ ਥਿੰਕ ਸ਼ਾਇਦ 85 ਦੇ ਕਰੀਬ ਚੱਲੀ ਹੈ ਜੀ। ਅੱਛਾ ਅੰਦਰੋਂ 96 ਚੱਲੀ ਹੈ ਜੀ ਸੌਰੀ 96000 ਚੱਲੀ ਹੈ ਸਿੰਗਲ ਓਨਰ ਕਾਰ ਹੈ ਫੁੱਲ ਇਨਸ਼ੋਰਡ ਹੈ ਦੋਨੇ ਚਾਬੀਆਂ ਤੁਹਾਨੂੰ ਇਹਦੀਆਂ ਨਾਲ ਮਿਲਣਗੀਆਂ ਕਿਤੋਂ ਪੇਂਟ ਹੋਵੇ ਸਾਡੀ ਵਾਪਸੀ ਹੈ ਜੀ ਸੇਮ ਜਿੱਦਾਂ ਤੁਹਾਨੂੰ ਇੰਡੇਵਰ ਦਿਖਾਇਆ ਹੈ ਤੁਹਾਨੂੰ ਕੱਲ ਗੱਡੀ ਹੈ ਬਿਲਕੁਲ ਜਿੱਦਾਂ ਤੁਹਾਨੂੰ ਇੰਡੇਵਰ ਬਲੈਕ ਦਿਖਾਇਆ ਐਕਸਯੂਵੀ ਸਿਲਵਰ ਦਿਖਾਇਆ ਇਹ ਬਿਲਕੁਲ ਉਹਦੇ ਨਾਲ ਰਿਲੇਟਡ ਕਾਰ ਹੈ ਜੀ ਇਹ ਇੰਜਨ ਦਿਖਾਇਓ ਭਈ ਮੜਾ ਇੰਜਨ ਲਓ ਜੀ ਲਓ ਇਹਦੇ ਇੰਜਨ ਦੀ ਤੁਸੀਂ ਕੁਆਲਿਟੀ ਦੇਖੋ ਔਰ ਪੈਟਰੋਲ ਦੇ ਵਿੱਚ ਇਦਾਂ ਦੀ ਕਾਰ ਬਹੁਤ ਰੇਅਰ ਤੁਹਾਨੂੰ ਦੇਖਣ ਨੂੰ ਮਿਲੇਗੀ ਜੀ ਬਹੁਤ ਰੇਅਰ ਪੈਟਰੋਲ ਇੰਜਨ ਆ ਤੇ 4x4 ਆ 4-wheel ਡਰਾਈਵ ਹਾਂਜੀ 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 ਦੇਖ ਲਓ ਜੀ ਇੰਜਨ ਇਹਦਾ ਬਿਲਕੁਲ ਸਮਝ ਲਓ ਕਿ ਜਹਾਜ਼ ਹੀ ਥੱਲੇ ਉਤਰਿਆ ਜੀ। ਆ ਬਾਈ ਆ ਵੀ ਵੱਖਰੀ ਚੀਜ਼ ਆ ਵੀ ਮੈਂ ਦੇਖੀ ਨਹੀਂ ਕਦੀ ਗੱਡੀ ਇਹ ਅੰਦਰਲੀ ਸੇਫਟੀ ਵਾਸਤੇ ਹੈ ਜੀ ਸੇਫਟੀ ਪੁਆਇੰਟ ਆਫ View ਹੈ ਇਹ ਚ 에ਅਰਬੈਗ ਹਰ ਇੱਕ ਚੀਜ਼ ਨਾਲ ਹੈ ਜੀ 에ਅਰਬੈਗ ਵਗੈਰਾ ਸਾਰੇ 2012 ਚ ਹੀ ਦੇਤੀਆਂ ਬਿਲਕੁਲ ਜੀ ਬਿਲਕੁਲ ਅਸੀਂ ਇਹਦੀਆਂ ਲਾਈਟਾਂ ਲੂਟਰਾਂ ਦੀ ਫਰੰਟ ਦੀ ਗ੍ਰੇਸ ਦੇਖੋ ਜੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਵਾਕਈ ਪ੍ਰੋਜੈਕਟਰ ਹੈਡਲਾਈਟ ਆ ਹਨਾ ਬਿਲਕੁਲ ਜੀ ਬਿਲਕੁਲ 4x4 ਹਰ ਇੱਕ ਚੀਜ਼ ਸਾਈਡ ਗਲਾਸ ਇਲੈਕਟ੍ਰੋਨਿਕ ਏਸੀ ਹੀਟਰ ਡੀਫੋਗਰ ਹਰ ਇੱਕ ਚੀਜ਼ ਨਾਲ ਹੈ ਜੀ ਹਰੇਕ ਫੈਸਿਲਿਟੀ ਆ ਗੱਡੀ 'ਚ ਜੋ ਚਾਹੀਦੀ ਆ ਲਗਜ਼ਰੀ ਚੀਜ਼ ਚਾਹੀਦੀ ਬਿਲਕੁਲ ਥੋੜੇ ਪੈਸਿਆਂ 'ਚ ਰੇਂਜ ਮਿੰਨੀ ਰੇਂਜ ਰੋਵਰ ਹੈ ਜੀ ਮਿੰਨੀ ਰੇਂਜ ਰੋਵਰ ਆ ਭਾਈ ਗੱਡੀ ਦੇਖੋ ਇਹਦੇ ਕਿਸੇ ਰਿਮ ਦੇ ਉੱਤੇ ਕਿਸੇ ਚੈੱਕ ਕਰੋ ਮੜੀ ਕੋਈ ਸਕ੍ਰੈਚ ਨਹੀਂ ਦੀ ਪੂਰੀ ਕਾਰ ਦੇ ਉੱਤੇ ਈਵਨ ਕਿ ਤੁਸੀਂ ਇਹਦੇ ਰਿਮ ਵੀ ਚੈੱਕ ਕਰ ਸਕਦੇ ਹੋ ਜੀ ਫਸਟ ਓਨਰ ਗੱਡੀ ਆ ਤੇ ਰਿਮ ਵੀ ਸਾਈਡਾਂ ਭੁਰੀਆਂ ਨਹੀਂ ਗਿਆ ਮਤਲਬ ਬੰਦੇ ਵਾਂਗੂ ਚਲਾ ਰਹੀ ਹੈ ਅੱਜ ਤੱਕ ਕੰਪਨੀ ਵੱਲੋਂ ਲੱਗੇ ਹੋਏ ਸਟicker ਨਾਲ ਨੇ ਜੀ ਆ ਦੇਖ ਰਹੇ ਤੁਸੀਂ ਜੀ ਓਕੇ ਓਰੀਜਨਲ ਚੀਜ਼ ਹੈ ਹਰ ਇੱਕ ਚੀਜ਼ ਓਰੀਜਨਲ ਹੈ ਜੀ ਹੈਵੀ ਹੈ ਚੀਜ਼ ਆ ਦੇਖੋ ਜੀ ਵਧੀਆ ਦਰਵਾਜ਼ਾ ਮੈਂ ਕਹੇ ਜੀ ਕਾਰ ਵੱਲੋਂ ਤੁਸੀਂ ਯਾਦ ਕਰੋਗੇ ਇਹ ਵੀ ਗਿਫਟਡ ਆਈਟਮ ਹੈ ਜੀ ਇਹ ਲਿਮਿਟਡ ਐਡੀਸ਼ਨ ਹੈ ਨਾ ਗੱਡੀ ਭਾਈ ਇਹ ਬਿਲਕੁਲ ਜੀ ਬਿਲਕੁਲ ਕਿਹੜੇ ਬੰਦੇ ਨੇ ਚਲਾਈ ਹੋਈ ਗੱਡੀ ਕਰਨਲ ਦੀ ਗੱਡੀ ਬਿਲਕੁਲ ਜੀ ਇਹ ਰਿਟਾਇਰਡ ਨੇ ਜੀ ਜਿਨ੍ਹਾਂ ਨੇ ਸ਼ੁਰੂ ਤੋਂ ਆਪਣੇ ਨਾਂ ਤੇ ਗੱਡੀ ਕਢਾਈ ਸੀ ਹੁਣ ਉਹਨਾਂ ਨੇ ਕਾਰ ਇਹ ਸੇਲ ਆਊਟ ਤੇ ਲਾਈ ਹੈ ਸਾਡੇ ਕੋਲ ਔਰ ਤੁਹਾਨੂੰ ਬਿਲਕੁਲ ਜੈਨੂਨ ਇਹਦੇ ਹਰ ਇੱਕ ਚੀਜ਼ ਪੇਪਰ ਮਿਲਣਗੇ ਇੰਸ਼ੋਰੈਂਸ ਮਿਲੇਗੀ RC ਓਰੀਜਨਲ ਮਿਲੇਗਾ ਸਾਰੇ ਇੱਕ ਚੀਜ਼ ਨਾਲ ਹੈ ਜੀ ਹਰ ਇੱਕ ਚੀਜ਼ ਮਿਸਟੂਬੀਸ਼ੀ ਦੀ ਲੈਂਸਰ ਹੁੰਦੀ ਹੈ ਲੈਂਸਰ ਵੀ ਚੱਲਦੀ ਹੈ ਤੇ ਇਹ ਵੀ ਚੱਲ ਪਜੈਰੋ ਵੀ ਇਹਨਾਂ ਦੀ ਆ ਰਹੀ ਹੈ ਜੀ ਪਜੈਰੋ ਵੀ ਇਹਨਾਂ ਦੀ ਚੱਲਦੀ ਆ ਤੇ ਯਾਰ ਭਾਈ ਛੇਤੀ ਖਰਾਬ ਹੀ ਨਹੀਂ ਹੁੰਦੀ ਗੱਡੀ ਇਹ ਜੇ ਬਹੁਤ ਬਹੁਤ ਮਾਈਨਰ ਰਿਪੇਅਰ ਹੈ ਜੀ ਇਹਨਾਂ ਦੀ ਬਹੁਤ ਮਾਈਨਰ ਔਰ ਸਾਰਾ ਸਮਾਨ ਈਜ਼ੀਲੀ ਬਾਜ਼ਾਰ ਚੋਂ ਮਿਲ ਜਾਂਦਾ ਜੀ ਇਹਦਾ ਓਕੇ ਓਕੇ ਹਰ ਤਰ੍ਹਾਂ ਦਾ ਸਮਾਨ ਦਾ ਬਾਜ਼ਾਰ 'ਚ ਈਜ਼ੀਲੀ ਮਿਲ ਜਾਂਦਾ ਕਿਉਂਕਿ ਲੈਂਸਰ ਨੂੰ ਹਰ ਇੱਕ ਜਣਾ ਜਾਣਦਾ ਹੈ ਮਿਤਿਸ਼ ਬੁਸ਼ੀ ਨੂੰ ਹਰ ਇੱਕ ਜਣਾ ਜਾਣਦਾ ਹੈ ਬਹੁਤ ਘੱਟ ਰਿਪੇਅਰ ਔਰ ਬਹੁਤ ਵਧੀਆ ਕੰਮ ਹੈ ਕਾਰ ਦਾ ਜੀ ਚੈੱਕ ਕਰੋ ਰੀਜ਼ਨਲ ਆ ਪੇਂਟ ਵਗੈਰਾ ਰੀਜ਼ਨਲ ਹੈ ਨਾ ਭਾਈ ਸਾਰਾ ਮੈਂ ਕਹਿਆ ਜੀ ਕਿਤੋਂ ਪੇਂਟ ਹੋਵੇ ਸਾਡੀ ਵਾਪਸੀ ਹੈ ਜੀ ਰਿਮ ਦੇ ਉੱਤੇ ਵੀ ਸਕ੍ਰੈਚ ਤੁਸੀਂ ਸ਼ੋ ਕਰ ਦਿਓਗੇ ਤਾਂ ਵੀ ਸਾਡੀ ਜ਼ਿੰਮੇਵਾਰੀ ਹੈ ਜੀ ਓਕੇ ਸਾਰੇ ਟਾਇਰ ਇਹਨੂੰ ਨਵੇਂ ਲੱਗ ਗਏ ਆ ਜੀ ਇੰਸ਼ੋਰੈਂਸ ਇਹਦੀ ਫੁੱਲ ਮਿਲੇਗੀ ਅੱਛਾ ਟਾਇਰ ਸਾਰੇ ਨਵੇਂ ਬਿਲਕੁਲ ਬ੍ਰੈਂਡ ਨਿਊ ਟਾਇਰ ਹੈ ਜੀ ਤੁਹਾਨੂੰ ਫਰੈਸ਼ ਬਿੱਲ ਦੇਵਾਂਗਾ ਜੀ ਅੱਜ ਦੀ ਡੇਟ ਦਾ ਟਾਇਰਾਂ ਦਾ ਹਾਂਜੀ ਹਾਂਜੀ 5/2/2024 ਦਾ ਨਵਾਂ ਬਿੱਲ ਦੇਵਾਂਗਾ ਜੀ ਤੁਹਾਨੂੰ ਔਰ ਜਿਹੜੇ ਇਹਦੇ ਨਾਲ ਦੇ ਟਾਇਰ ਸੀ ਉਹ ਅਸੀਂ ਫਸਟ ਟਾਈਮ ਕੱਲ ਲਾਏ ਆ ਜੀ ਭਾਈ ਆਹ ਚੀਜ਼ ਵਾਕਈ ਬਹੁਤ ਹੋਰ ਤਰ੍ਹਾਂ ਲੱਗੀ ਕਿ ਯਾਰ ਬੂਫਰ ਦਿੱਤਾ ਹੈ ਕੰਪਨੀ ਨੇ ਨਾਲ ਔਰ ਦੇਖੋ ਫਿਟਿੰਗ ਦੇਖੋ ਕਿੰਨੀ ਅੱਛੀ ਹੈ ਕੋਈ ਸਮਾਨ ਨਹੀਂ ਕਿਸੇ ਦਾ
ਕੋਈ ਇਹ ਨਹੀਂ ਕਿ ਇਹਦੇ ਕਰਕੇ ਸਾਡਾ ਸਮਾਨ ਘੱਟ ਵੱਧ ਆਏਗਾ, ਸਪੇਸ ਘਟੀ ਆ ਹਨਾ। ਹਾਂ ਬਿਲਕੁਲ ਏ ਕਲਾਸ ਦੀ ਕਾਰ ਹੈ ਜੀ, ਸਪੈਸ਼ਲ ਐਡੀਸ਼ਨ ਆ ਗੱਡੀ, ਸਪੈਸ਼ਲ ਐਡੀਸ਼ਨ ਆ, ਵੱਖਰੀ ਚੀਜ਼ ਆ, ਆ ਦੇਖ ਰਹੇ ਹੋ, ਆ ਰੇਂਜ ਰੋਵਰ ਦਾ ਮੁਕਾਬਲਾ ਕਰਦੀ ਆ ਚੀਜ਼ ਗੱਡੀ ਦੀ, ਇਸੇ ਕਰਕੇ ਇਹਨੂੰ ਮਿੰਨੀ ਰੇਂਜ ਰੋਵਰ ਕਿਹਾ ਜੀ, ਮਿੰਨੀ ਰੇਂਜ ਰੋਵਰ ਕਹਿੰਦੇ ਤਾਂ ਹੀ ਭਾਈ ਇਹਨਾਂ ਨੇ ਮਿੰਨੀ ਰੇਂਜ ਰੋਵਰ ਕਿਹਾ ਸੀਗਾ, ਮੈਂ ਹੁਣ ਸਮਝਿਆ ਭਾਈ। ਹਾਂ ਤੇ ਆ ਲਓ ਚੱਕ, ਚੰਡੀਗੜ੍ਹ ਨੰਬਰ 1818, ਬਿਲਕੁਲ ਜੀ ਪੇਡ ਨੰਬਰ ਹੈ ਜੀ ਬਿਲਕੁਲ, ਔਰ ਫਸਟ ਓਨਰ ਕਾਰ ਹੈ ਜੀ ਅੱਜ ਤੱਕ, ਇੱਕੋ ਬੰਦੇ ਦੇ ਹੱਥ ਚੱਲੀ ਆ। ਤੇ ਬਾਕੀ ਭਾਈ ਨੰਬਰ ਮੈਂ ਦੇ ਦੂੰਗਾ ਸਕਰੀਨ ਤੇ ਤੁਹਾਡਾ, ਜਿਨ੍ਹਾਂ ਨੇ ਗੱਡੀ ਲੈਣੀ ਹੈ ਜਲੰਧਰ ਖੜੀ ਆ, ਗੱਡੀ ਸੇਲ ਤੇ ਆ, ਤਾਂ ਭਾਈ ਕਿੰਨੇ ਦੀ ਗੱਡੀ ਆ ਇਹ? 5.5 ਲੱਖ ਰੁਪਇਆ ਜੀ, ਇੱਕੋ ਰੇਟ ਹੈ ਜੀ, ਇਹਦੇ 'ਚ ਕੋਈ ਬਾਰਗਨਿੰਗ ਨਹੀਂ ਹੈ ਜੀ, ਬੰਦਾ ਇਹੀ ਸੋਚ ਕੇ ਆਵੇ ਮੈਂ 5.5 ਲੱਖ 'ਚ ਰੇਂਜ ਰੋਵਰ ਲੈ ਚੱਲਾਂ। ਕਿੱਥੇ ਗਲੋਵ ਬਾਕਸ ਦਿੱਤਾ ਹੋਇਆ, ਇਹਨੂੰ ਠੰਡਾ ਵੀ ਰੱਖ ਸਕਦੇ ਬੋਤਲ ਵਿੱਚ ਪਾ ਕੇ, ਹਨਾ ਦੇਖੋ ਜੀ ਹਰ ਤਰ੍ਹਾਂ ਦਾ, ਆਹੋ ਆਰਮ ਰੈਸਟ ਦੇਖਿਓ ਗੱਡੀ ਦਾ, ਇਹਦੇ ਅੰਦਰ ਦਿੱਤਾ ਹੋਇਆ ਆਹ ਓਕਸ ਵਾ, ਆਹ ਯੂ ਐਸ ਬੀ ਲੱਗੀ ਹੋਈ ਆ, ਆਹ ਆਊਟਪੁੱਟ ਆ ਪਾਵਰ ਮਤਲਬ ਫੋਨ ਚਾਰਜ ਕਰਨ ਲਈ, ਤੇ ਆਰਮ ਰੈਸਟ ਵਿੱਚ ਸਿਸਟਮ ਸੈੱਟ ਕੀਤਾ ਹੋਇਆ ਵਾ, ਆਰਮ ਦੇ ਲਓ, ਤੇ ਆਰਮ ਰੈਸਟ ਅੱਗੇ ਵੀ ਹੁੰਦੀ ਆ, ਦੇਖੋ ਪਤਾ ਕਿੱਦਾਂ ਲੱਗਦਾ 4x4 ਤੇ ਆ ਜਾਂ 4x2 ਤੇ ਆ ਜੀ, ਵਿੱਚ ਦੇਖੋ ਕਿਆ ਤਾਂ ਲਿਖਿਆ ਹੋਇਆ 2-wheel drive 4-wheel drive। ਅੱਛਾ ਇਹਨੂੰ ਇਹ ਹੁਣ 2-wheel drive ਹੈ ਜੀ, ਇੱਥੇ 4-wheel drive ਆ ਗਿਆ ਜੀ, ਇੱਧਰ 4WD ਆ ਗਿਆ ਜੀ, ਲਿਖਿਆ ਉਹ ਲਿਖਿਆ ਆ ਗਿਆ, ਆ ਗਿਆ ਜੀ, ਹਾਂ ਆਹ ਦੇਖੋ 4WD ਯੈਸ, ਇਹਨੂੰ ਕੀ ਕਰੇ ਦੂਜਾ ਲੈ ਜੀ ਚੇਂਜ ਹੋ ਗਿਆ, ਇਹ ਫੇਰ ਨਹੀਂ ਹੋਣਾ ਜੇ 2-wheel drive ਹੋਊਗੀ ਜੀ, 2-wheel drive ਤੇ ਨਹੀਂ ਚੱਲੇਗਾ ਜੀ, ਇਹ 4-wheel drive ਤੇ ਚੱਲੇਗਾ, ਅੱਛਾ ਪੂਰੀ ਧੱਕ ਪਾਊਗੀ ਗੱਡੀ ਹਨਾ, ਮਤਲਬ ਪਹਾੜੀ ਏਰੀਆ ਚ ਲੈ ਜਾਈਏ ਜੇ ਇਹਨੂੰ, ਜਿੱਥੇ ਮਰਜ਼ੀ ਲੈ ਜਾਓ ਇਹਨੂੰ, ਕਾਰ ਥੋੜੇ ਪੈਸਿਆਂ 'ਚ ਤੁਹਾਨੂੰ ਰੇਂਜ ਰੋਵਰ ਪਲੱਸ ਲਗਜ਼ਰੀ, ਆਹ ਦੇਖੋ ਨਾਲ ਹੀ ਲਾਈਟ ਚੱਲ ਪੈਂਦੀ ਆ, ਅਤੇ ਉੱਪਰੋਂ ਛੱਤ ਵਗੈਰਾ ਚੈੱਕ ਕਰੋ, ਕਈ ਫੰਕਸ਼ਨ ਤਾਂ ਯਾਰ ਸਾਨੂੰ ਪਤਾ ਵੀ ਨਹੀਂ, ਕਈ ਹੈਗੇ ਹੈ ਨਾ ਸਾਨੂੰ ਪਤਾ ਹੀ ਨਹੀਂ ਗਾ, ਆਹ ਵੀ ਫੀਚਰ ਵੀ ਇਹ ਕਮੈਂਟ ਹੀ ਦੱਸਿਓ ਇਹ ਕਿਹੜਾ ਫੀਚਰ ਹੋਊਗਾ, ਅਤੇ ਆਹ ਲਾਈਟਾਂ ਵਗੈਰਾ ਵਾ, ਆਹ ਤਾਂ ਤੁਹਾਨੂੰ ਦੱਸਿਆ ਇਹ ਪਿੱਛੇ ਸਾਰਾ, ਅਤੇ ਬਾਕੀ ਆਹ ਵਿਊ ਵਗੈਰਾ ਜੋ ਵੀ ਆ ਗੱਡੀ 'ਚ ਬਹਿ ਕੇ ਆ, ਇਹ ਕੀ ਹੋ ਬਈ ਭਾਈ, ਗਲਾਸ ਰੱਖਣ ਨੂੰ ਵੀ ਬਣਿਆ ਹੋਇਆ ਵਾ, ਦੇਖ ਲਓ ਹੋਰ ਕਈ ਫੰਕਸ਼ਨ ਆ ਵੀ ਭਾਈ ਆਪਾਂ ਨੂੰ ਜਿਹੜੇ ਪਤਾ ਹੀ ਨਹੀਂ ਗਾ, ਬਿਲਕੁਲ ਇੱਦਾਂ ਹੀ, ਇੱਕ ਆਹ ਫੰਕਸ਼ਨ ਆ ਇਹ ਪਤਾ ਨਹੀਂ ਕਿਹੜਾ ਵਾ, ਆਹ ਹਾਈ ਲੋ ਵਾਲਾ ਵਾ, ਮਤਲਬ ਕੋਈ ਇੱਦਾਂ ਦੇ ਔਰੇ ਜਿਹੇ ਫੰਕਸ਼ਨ ਆ ਜਿਹੜੇ ਸਾਨੂੰ ਪਤਾ ਹੀ ਨਹੀਂ ਕੀ ਹੁੰਦੇ ਆ, ਮਿੰਨੀ ਰੇਂਜ ਰੋਵਰ ਆ ਬਸ, ਬਾਕੀ ਕਹਿ ਸਕਦੇ ਹਾਂ ਤੁਸੀਂ ਯਾਦ ਕਰੋ ਜੀ, 12 model ਫਸਟ ਓਨਰ 5.5 ਲੱਖ ਰੁਪਈਆ ਹਨਾ ਗੱਡੀ ਦਾ, ਬਾਕੀ ਡਿਟੇਲ ਤੁਹਾਨੂੰ ਸਾਰੀ ਸਕਰੀਨ 'ਤੇ ਨੰਬਰ ਦਿੱਤਾ ਹੈ ਉੱਥੇ ਕਾਲ ਕਰ ਲਿਓ, ਬਾਕੀ ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਧੰਨਵਾਦ।